ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਹੁਣ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਆਪਣਾ ਦੀਪ ਬਾਈ ਹੁਣ ਇਸ ਦੁਨੀਆਂ ਵਿੱਚ ਆਪਣੇ ਨਾਲ ਨਹੀਂ ਰਿਹਾ। ਉਸ ਦੀ ਅੰਤਿਮ ਅਰਦਾਸ ਜੋ ਕਿ ਦਿਨ ਵੀਰਵਾਰ 24 ਤਰੀਕ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੈ, ਤੇ ਇੱਕ ਸਾਨੂੰ ਪਰਿਵਾਰ ਨੂੰ ਬਹੁਤ ਸੁਣਨ ਨੂੰ ਆ ਰਿਹਾ ਕਿ ਬਾਈ ਦੇ ਨਾਮ ਤੇ ਜਾਂ ਪਰਿਵਾਰ ਦੇ ਨਾਮ ਤੇ ਕੋਈ ਵੀ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਫੰਡਿੰਗ ਨਾ ਕਰੇ। ਤੇ ਸਾਰਿਆਂ ਨੂੰ ਇਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਬਾਈ ਦੀ ਸੋਚ ਤੇ ਪਹਿਰਾ ਦੇਈਏ ਤੇ ਬਾਈ ਦੇ ਸੋਚ ਦੇ ਮੁਤਾਬਕ ਹੀ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਹੁਣ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਆਪਣਾ ਦੀਪ ਬਾਈ ਹੁਣ ਇਸ ਦੁਨੀਆਂ ਵਿੱਚ ਆਪਣੇ ਨਾਲ ਨਹੀਂ ਰਿਹਾ। ਉਸ ਦੀ ਅੰਤਿਮ ਅਰਦਾਸ ਜੋ ਕਿ ਦਿਨ ਵੀਰਵਾਰ 24 ਤਰੀਕ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੈ, ਤੇ ਇੱਕ ਸਾਨੂੰ ਪਰਿਵਾਰ ਨੂੰ ਬਹੁਤ ਸੁਣਨ ਨੂੰ ਆ ਰਿਹਾ ਕਿ ਬਾਈ ਦੇ ਨਾਮ ਤੇ ਜਾਂ ਪਰਿਵਾਰ ਦੇ ਨਾਮ ਤੇ ਕੋਈ ਵੀ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਫੰਡਿੰਗ ਨਾ ਕਰੇ। ਤੇ ਸਾਰਿਆਂ ਨੂੰ ਇਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਬਾਈ ਦੀ ਸੋਚ ਤੇ ਪਹਿਰਾ ਦੇਈਏ ਤੇ ਬਾਈ ਦੇ ਸੋਚ ਦੇ ਮੁਤਾਬਕ ਹੀ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ।